ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਨਵੀਨਰ ਨੇ ਬੂਟਾ ਸਿੰਘ ਜੀ ਸਾਡੇ ਨਾਲ ਖੜੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਜੀ। ਭਾਈ ਸਾਹਿਬ, ਭਾਈ ਖਾਲਸਾ ਵਾਜ ਜੀ ਕੀ ਫਤਿਹ। ਖਾਲਸਾ ਵਾਜ ਫਤਿਹ। ਦੇਖੋ, ਅੱਜ ਤੁਸੀਂ ਵੇਖ ਰਹੇ ਹੋ ਕਿ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿੱਥੇ ਪੰਥਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਪਹੁੰਚੀਆਂ ਹੋਈਆਂ ਨੇ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ। ਅਸੀਂ ਅੱਜ, ਮੇਰਾ ਖਿਆਲ ਆ ਵੀ, ਚਾਰ ਮੁੱਦਿਆਂ ਦੇ ਉੱਤੇ ਇੱਥੇ ਖੜੇ ਹਾਂ। ਸਾਡੀ ਆਜ਼ਾਦੀ ਦਾ ਮੁੱਦਾ, ਖਾਲਿਸਤਾਨ ਦਾ, ਕਿਸਾਨੀ ਮੁੱਦਾ, ਫਿਰ ਸਾਡਾ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਆ, ਕਿਉਂਕਿ ਪਿਛਲੇ 30 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਨੇ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਅਸੀਂ ਇਹ ਚਾਰੇ ਮੁੱਦੇ ਲੈ ਕੇ ਅੱਜ ਇੱਥੇ ਖੜੇ ਹਾਂ। ਸੋ ਮੈਂ ਇਹ ਸਮਝਦਾ ਕਿ ਭਾਰਤ ਸਰਕਾਰ ਆ ਜਿਹੜੀ ਆ ਨਾ, ਉਹਨਾਂ ਦੀ ਨਿਗਾਹ ਦੇ ਵਿੱਚ ਜਿਹੜਾ ਸਿੱਖਾਂ ਨੂੰ ਕੁਚਲਣਾ ਪਹਿਲੇ ਨੰਬਰ ਤੇ ਆ। ਭਾਵੇਂ MSP ਇਹਨਾਂ ਨੇ ਬਾਕੀ ਬੰਦ ਕਰ ਦਿੱਤੀ ਸੀ, ਤੇ ਹਰਿਆਣੇ ਤੇ ਪੰਜਾਬ ਦੇ ਵਿੱਚ ਸੀਗੀ, ਇਹਨਾਂ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਜਿਹੜਾ ਕਿ ਅੱਜ ਕਿਸਾਨੀ ਦੀ ਰੋਟੀ ਖੋਈ ਆ। ਤੇ ਉਹ ਮੇਰਾ ਖਿਆਲ ਇਹ ਆ ਕਿ ਉਹਦੇ ਵਿੱਚ ਸਾਡੀ ਸਿੱਖੀ ਜਿਹੜਾ ਪੰਜਾਬ ਆ, ਬਹੁਤ ਵੱਡਾ ਹਰਟ ਹੋਊਗਾ। ਅਸੀਂ ਹਮੇਸ਼ਾ ਇਹੀ ਮੰਗ ਕਰਦੇ ਆਏ ਹਾਂ ਕਿ ਜਿਹੜਾ ਪੰਜਾਬ ਹੈ, ਇਹਨੂੰ ਇੱਕ ਆਜ਼ਾਦ ਨੇਸ਼ਨ ਬਣਾਇਆ ਜਾਵੇ। ਇੱਕ ਤਾਂ ਸਾਊਥ ਏਸ਼ੀਆ ਵਿੱਚ ਪੀਸ ਹੋਵੇਗਾ, ਦੂਜਾ ਜਦੋਂ ਸਾਡਾ ਵਪਾਰ ਹੈ ਪੰਜਾਬ ਦੇ ਕਿਸਾਨ ਦਾ, ਵਪਾਰੀ ਦਾ, ਮਜ਼ਦੂਰ ਦਾ, ਜਦੋਂ ਬਾਰਡਰ ਟੱਪ ਕੇ ਸਾਡਾ ਜਿਹੜਾ ਵਪਾਰ ਖੁੱਲੂਗਾ, ਅਸੀਂ ਤਾਂਹੀਓ ਪ੍ਰਫੁੱਲਿਤ ਹੋ ਸਕਦੇ ਹਾਂ, ਤਾਂ ਕਿ ਜਿਹੜਾ ਕਿਸਾਨ ਦੇ ਨਾਲ ਵਪਾਰੀ ਪ੍ਰਫੁੱਲਿਤ ਹੋਊਗਾ, ਤੇ ਵਪਾਰੀ ਦੇ ਨਾਲ ਮਜ਼ਦੂਰ ਤੇ ਕਿਸਾਨ ਦੇ ਨਾਲ ਮਜ਼ਦੂਰ ਪ੍ਰਫੁੱਲਿਤ ਹੋਊਗਾ, ਜਿਹੜੀ ਕਿ ਸਾਡੀ ਇਹ ਹਮੇਸ਼ਾ ਮੰਗ ਰਹੀ ਆ। ਜਿੱਥੋਂ ਤੱਕ ਅਮਰੀਕਾ ਦੀ ਗੱਲ ਹੈ, ਤੁਸੀਂ ਦੇਖੋ, ਕੱਲ 24 ਤਰੀਕ ਨੂੰ ਸਾਡੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਜੋ ਇਹਨੂੰ ਲਾਣਤ ਪਾਈ ਆ ਡੈਮੋਕ੍ਰੇਸੀ ਦੇ ਉੱਤੇ, ਤੇ ਇਹਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਪ੍ਰਾਈਮ ਮਿਨਿਸਟਰ ਨੂੰ। ਸੋ ਤੁਸੀਂ ਜੇ ਅਮਰੀਕਾ 'ਚ ਵੀ ਵੇਖੋ, ਤੇ ਇੱਥੇ ਵੀ ਸਾਡੇ ਕਾਂਗਰਸਮੈਨਾਂ ਨੇ, ਸੈਨੇਟਰਾਂ ਨੇ ਇਹਨਾਂ ਨੂੰ ਬੜੀਆਂ ਲਾਣਤਾਂ ਪਾਈਆਂ। ਈਵਨ ਸਾਡੇ ਜਦੋਂ ਸੈਲਫ ਦੇ ਡਿਫੈਂਸ ਸੈਕਟਰੀ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ ਪੰਜਾਬ ਇੰਡੀਆ ਦੇ ਵਿੱਚ, ਉਹਨਾਂ ਨੇ ਇਹਨਾਂ ਨੂੰ ਅਕਲ ਦਿੱਤੀ। ਈਵਨ ਆਰਮੀ ਦਾ ਕੰਮ ਜਾਂ ਫੌਜ ਦੇ ਸੈਕਟਰੀ ਦਾ ਕੰਮ ਨਹੀਂ ਹੁੰਦਾ, ਹੈ ਡਿਫੈਂਸ ਸੈਕਟਰੀ ਦਾ। ਉਹਨਾਂ ਨੇ ਵੀ ਕਿਹਾ ਵੀ ਤੁਸੀਂ ਆਪਣੀਆਂ ਹਿਊਮਨ ਰਾਈਟਸ ਵਾਇਲੇਸ਼ ਵੈਲਿਊਜ਼, ਅਤੇ ਉਹ ਤੋਂ ਬਾਅਦ ਜਿਹੜੀਆਂ ਤੁਸੀਂ ਡੈਮੋਕ੍ਰੇਸੀ ਦੀਆਂ ਵੈਲਿਊ ਆਪਣੀਆਂ ਠੀਕ ਕਰੋ। ਸੋ ਇਹ ਬਹੁਤ ਢੀਠ ਦੇਸ਼ ਆ, ਮੇਰਾ ਖਿਆਲ ਆ ਬਈ ਇਹ ਕਿਸੇ ਕੀਮਤ 'ਤੇ ਵੀ ਨਹੀਂ ਆਊਗਾ, ਪਰ ਅਸੀਂ ਇਹਦਾ ਚਿਹਰਾ ਜਿਹੜਾ ਅੱਜ ਦੁਨੀਆ ਦੇ ਵਿੱਚ ਨੰਗਾ ਕਰ ਰਹੇ ਹਾਂ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਕ ਫਾਰਮਰਾਂ ਦੇ ਫੇਵਰ ਦੇ ਵਿੱਚ ਇੱਕ ਡਰਾਫਟਿੰਗ ਕਰਕੇ ਰੈਜੂਲੇਸ਼ਨ ਨਿਊ ਜਰਸੀ ਦੀ ਅਸੈਂਬਲੀ ਦੇ ਵਿੱਚ ਪਾਇਆ, ਜਿਹੜਾ ਇੰਟਰੋਡਿਊਸ ਵੀ ਹੋ ਗਿਆ। ਫਿਰ ਮੇਰੀ ਸਟੇਟ ਦੇ ਨਿਊ ਜਰਸੀ ਦੇ ਜਿਹੜੇ ਫੈਡਰਲ ਦੇ ਸੈਨੇਟਰ ਨੇ ਬਾਬ ਮਨੈਂਡਸ, ਉਹ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਵੀ ਆ ਸੈਨੇਟ ਦੇ, ਉਹਨਾਂ ਨੇ ਦੋ ਵਾਰ, ਈਵਨ ਉਹਨਾਂ ਨੇ ਜਿਹੜੇ ਅੰਬੈਸਡਰ ਸੰਧੂ ਨੇ ਇੱਥੇ ਲੱਗੇ ਹੋਏ ਇੰਡੀਆ ਦੇ, ਉਹਨਾਂ ਨੂੰ ਪਰਸਨਲ ਰਾਬਤਾ ਵੀ ਕੀਤਾ ਵੀ ਭਾਈ ਇਹ ਪੀਸਫੁਲ ਪ੍ਰੋਟੈਸਟ ਹੋ ਰਿਹਾ, ਤੁਸੀਂ ਉਹਨਾਂ ਦੇ ਇੰਟਰਨੈਟ ਮੁਹੱਈਆ ਕਰੋ, ਉੱਥੇ ਕਿਸੇ ਤਰ੍ਹਾਂ ਦੀ ਹਿਊਮਨ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਸੋ ਉਹਨਾਂ ਨੇ ਚਿੱਠੀਆਂ ਵੀ ਦੋ ਤਿੰਨ ਵਾਰ ਸਟਰੋਂਗ ਜਿਹੜੀਆਂ ਇਹਨਾਂ ਨੂੰ ਕੱਢੀਆਂ। ਸੋ ਮੈਂ ਸਮਝਦਾ ਕਿ ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਸਾਡੇ ਤੇ ਬਲੇਮ ਲਾ ਦਿੱਤਾ ਜਾਂਦਾ, ਜੀ ਇਹ ਤਾਂ ਕਿਸਾਨੀ ਸੰਘਰਸ਼ ਆ, ਇੱਥੇ ਤਾਂ ਜੀ ਖਾਲਿਸਤਾਨੀ ਆ ਗਏ। ਅਸਲ ਹੱਲ ਜਿਹੜਾ ਆ, ਇਹ ਸਾਰੀਆਂ ਜੜ੍ਹਾਂ ਦਾ ਹੱਲ ਜਿਹੜਾ ਆ, ਉਹ ਸਿਰਫ ਤੇ ਸਿਰਫ ਆਜ਼ਾਦੀ ਆ। ਅਸੀਂ ਕਿੰਨੇ ਕੁ ਮੋਰਚੇ ਲਾਈ ਜਾਵਾਂਗੇ, ਅਸੀਂ ਕਿੰਨੇ ਕੁ ਸੰਘਰਸ਼ ਕਰੀ ਜਾਵਾਂਗੇ, ਸਾਨੂੰ ਇੱਕੋ ਮੋਰਚਾ ਆਜ਼ਾਦੀ ਦਾ ਲਾਉਣਾ ਚਾਹੀਦਾ, ਜਿਹੜੀ ਹਾਥੀ ਦੀ ਪੈਠ ਥੱਲੇ ਸਾਰਾ ਕੁਛ ਆ ਜਾਂਦਾ, ਜਿਹਦੇ 'ਚ ਕਿਸਾਨੀ ਸੰਘਰਸ਼ ਵੀ ਆ ਜਾਊਗਾ, ਜਿਹਦੇ ਵਿੱਚ ਸਾਡੀ ਦੁਨੀਆ ਦੇ ਵਿੱਚ ਪਹਿਚਾਣ ਵੀ ਬਣੂਗੀ। ਸੋ ਮੈਂ ਤਾਂ ਇਹੀ ਕਹਿਣਾ, ਜਿੱਥੇ ਅਸੀਂ ਕਿਸਾਨੀ ਸੰਘਰਸ਼ ਨੂੰ ਜਿੱਤਣਾ, ਉੱਥੇ ਅਸੀਂ ਆਪਣੀ ਆਜ਼ਾਦੀ ਦਾ ਸੰਘਰਸ਼ ਵੀ ਜਿੱਤਣਾ।